ਇਹ ਖਬਰ। ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡਾਇਰੀ। ਅੱਜ ਕੱਲ੍ਹ ਸੋਸ਼ਲ ਮੀਡੀਆ ਲੁੱਟ ਦਾ ਸ਼ਿਕਾਰ ਵੀ ਵੱਡੀ ਪੱਧਰ 'ਤੇ ਬਣ ਰਿਹਾ ਹੈ ਅਤੇ ਹੁਣ ਟੈਲੀਗ੍ਰਾਮ ਰਾਹੀਂ ਗਰੁੱਪ ਬਣਾ ਕੇ ਲੋਕਾਂ ਨੂੰ ਠੱਗਣ ਦਾ ਕੰਮ ਐਪਲੀਕੇਸ਼ਨਾਂ ਰਾਹੀਂ ਕੀਤਾ ਜਾ ਰਿਹਾ ਹੈ ਅਤੇ ਪਿਛਲੇ 2-3 ਮਹੀਨਿਆਂ ਦੇ ਵਿੱਚ ਹੀ ਲਗਭਗ 5 ਐਪਲੀਕੇਸ਼ਨਾਂ ਬਣਾ ਕੇ ਲੋਕਾਂ ਤੋਂ ਪੈਸੇ ਪੁਆਏ ਗਏ ਅਤੇ ਫਿਰ ਉਹ ਐਪਲੀਕੇਸ਼ਨਾਂ ਬੰਦ ਕਰ ਦਿੱਤੀਆਂ ਗਈਆਂ। ਇਹ ਵੀਡੀਓ ਆ ਅਨਮੋਲ ਤਿੰਗੜੇ ਦੀ, ਜਿਹੜਾ ਕਿ ਪੁਰਾਣੀ ਕੈਂਟ ਰੋਡ 'ਤੇ ਇੱਕ ਕਰਿਆਨੇ ਦੀ ਦੁਕਾਨ ਕਰਦਾ ਹੈ ਅਤੇ ਇਹ ਵੀ ਅੱਜ ਕੱਲ੍ਹ ਆਪਣੇ ਆਪ ਨੂੰ ਲੁੱਟਿਆ ਲੁੱਟਿਆ ਮਹਿਸੂਸ ਕਰ ਰਿਹਾ, ਚੋਰਾ ਖਾ ਰਿਹਾ ਹੈ, ਚੁਰ ਰਿਹਾ ਹੈ ਕਿ ਉਸਨੇ ਇਸ ਐਪਲੀਕੇਸ਼ਨ ਨੂੰ ਕਿਉਂ ਜੁਆਇਨ ਕੀਤਾ। ਉਸਨੇ ਦੱਸਿਆ ਕਿ ਉਹ ਇਕੱਲਾ ਹੀ ਨਹੀਂ, ਜਿਸ ਗਰੁੱਪ ਦੇ ਵਿੱਚ ਉਹ ਸੀ ਉਸ ਵਿੱਚ ਲਗਭਗ ਫਰੀਦਕੋਟ ਦਾ ਹਜ਼ਾਰਾਂ ਵਿਅਕਤੀ ਸੀ ਅਤੇ ਉਹਨਾਂ ਦਾ ਲੱਖਾਂ ਕਰੋੜਾਂ ਰੁਪਈਆ ਇਹਨਾਂ ਐਪਲੀਕੇਸ਼ਨਾਂ ਦੇ ਵਿੱਚ ਲੱਗਾ ਅਤੇ ਹੁਣ ਇਹ ਚਾਰੇ ਐਪਲੀਕੇਸ਼ਨਾਂ ਫਰਾਰ ਹੋ ਚੁੱਕੀਆਂ। ਇਕੱਲਾ ਫਰੀਦਕੋਟ ਹੀ ਨਹੀਂ, ਪੂਰੇ ਪੰਜਾਬ ਦੇ ਵਿੱਚੋਂ ਹਜ਼ਾਰਾਂ ਕਰੋੜ ਰੁਪਈਆ ਖਤਮ ਕਰਕੇ, ਲੋਕਾਂ ਦਾ ਹਜ਼ਮ ਕਰਕੇ, ਅਤੇ ਲੋਕ ਸ਼ਰਮ ਦੇ ਮਾਰੇ ਅੱਗੇ ਨਹੀਂ ਆ ਰਹੇ, ਦੱਸ ਨਹੀਂ ਰਹੇ ਕਿ ਸਾਡੇ ਪੈਸੇ ਹੁਣ ਇਹ ਐਪਲੀਕੇਸ਼ਨਾਂ ਵਾਲੇ ਲੁੱਟ ਕੇ ਲੈ ਗਏ। ਅਸਲ ਦੇ ਵਿੱਚ ਉਹਨਾਂ ਨੇ ਲਾਲਚ ਇਸ ਤਰ੍ਹਾਂ ਦਾ ਦਿੱਤਾ ਕਿ ਤੁਸੀਂ ਪੈਸੇ ਜਮ੍ਹਾਂ ਕਰਾਓ ਅਤੇ ਹਰ ਰੋਜ਼ ਤੁਹਾਡੇ ਖਾਤੇ ਦੇ ਵਿੱਚ ਪੈਸੇ ਆਉਣਗੇ, ਅਤੇ ਲੋਕ ਆਪਣੇ ਖਾਤੇ ਐਪਲੀਕੇਸ਼ਨ ਵਿੱਚ ਹੀ ਦੇਖਦੇ ਰਹੇ ਕਿ ਇੰਨੇ ਪੈਸੇ ਆ ਗਏ, ਪਰ ਉਹ ਕਢਵਾ ਨਹੀਂ ਸਕੇ ਅਤੇ ਜਦੋਂ ਕਢਵਾਉਣ ਦੀ ਵਾਰੀ ਆਈ ਉਦੋਂ ਨੂੰ ਐਪਲੀਕੇਸ਼ਨਾਂ ਬੰਦ ਹੋ ਗਈਆਂ। ਆਓ ਸੁਣਦੇ ਹਾਂ ਕਿਸ ਤਰ੍ਹਾਂ ਇਹ ਲੁੱਟ ਕੇ ਲੈ ਗਈਆਂ ਐਪਲੀਕੇਸ਼ਨਾਂ ਟੈਲੀਗ੍ਰਾਮ ਦੇ ਰਾਹੀਂ ਫਰੀਦਕੋਟ ਅਤੇ ਪੰਜਾਬ ਦੇ ਲੋਕਾਂ ਦੇ ਗਾੜੇ ਖੂਨ ਪਸੀਨੇ ਨਾਲ ਕਮਾਈ ਹੋਈ ਕਮਾਈ। ਇਹ ਜੀ, ਮੈਨੂੰ ਮੇਰੇ ਇੱਕ ਮਿੱਤਰ ਤੋਂ ਪਤਾ ਲੱਗਿਆ ਸੀ ਕਿ ਆਪਾਂ ਜੇ ਐਪਲੀਕੇਸ਼ਨ ਡਾਊਨਲੋਡ ਕਰਦੇ ਹੈਗੇ ਹਾਂ ਅਤੇ ਕੁਛ ਕੁ ਪੈਸੇ ਇਹਦੇ 'ਚ ਪਾਉਣੇ ਪੈਂਦੇ ਅਤੇ ਆਪਾਂ ਨੂੰ ਰਿਟਰਨ ਬਹੁਤ ਵਧੀਆ ਮਿਲਦੀ ਹੈਗੀ, ਜਿਹੜੇ ਕਿ ਬੈਂਕ ਜਾਂ FDਾਂ ਵੀ ਨਹੀਂ ਦਿੰਦੀਆਂ ਹੈਗੀਆਂ। ਮੈਨੂੰ ਵੀ ਮੇਰੇ ਇੱਕ ਮਿੱਤਰ ਤੋਂ ਇਹ ਗੱਲ ਪਤਾ ਲੱਗੀ ਸੀਗੀ ਅਤੇ ਮੈਂ ਇਹ ਕੀਤੀ। ਇਹਦੇ 'ਚ ਅਸੀਂ 20-30 ਹਜ਼ਾਰ ਰੁਪਇਆ ਅਸੀਂ ਪਾਇਆ ਸੀਗਾ। ਚਲੋ ਪਹਿਲੇ ਪੈਸੇ ਆਉਂਦੇ ਵੀ ਰਹੇ, ਦਿਨ ਦਾ 400-500 ਰੁਪਇਆ ਆਉਂਦਾ ਸੀਗੇ ਅਤੇ ਅਸੀਂ 2-3 ਵਾਰੀ ਕਢਵਾ ਲੈਂਦੇ ਸੀਗੇ ਅਤੇ ਕਢਵਾਈ ਗਏ। ਫਿਰ 3-4 ਐਪਲੀਕੇਸ਼ਨਾਂ ਹੋਰ ਆਈਆਂ ਸੀ, ਉਹਨਾਂ 'ਚ ਵੀ ਇਨਵੈਸਟਮੈਂਟ ਕਾਫੀ ਮੋਟੀ ਕੀਤੀ। ਵੀ ਚਲੋ ਸਾਨੂੰ ਇਹ ਸੀਗਾ ਕਿ ਚਲੋ ਅਸੀਂ ਆਪਦੇ ਹਾਲਾਤ ਸੁਧਾਰ ਸਕਾਂਗੇ, ਬਿਜ਼ਨਸ 'ਚ ਕੋਈ ਇਲੈਬੋਰੇਟ ਕਰਾਂਗੇ ਅਸੀਂ। ਪਰ ਜਦੋਂ ਅਸੀਂ ਪਾਏ ਤਾਂ ਕੀ ਹੋਇਆ, ਜਦੋਂ ਅਸੀਂ ਇਹ ਪਾ ਦਿੱਤੇ ਪੈਸੇ ਤਾਂ ਇਹ ਪੈਸੇ ਤਾਂ ਇਹਦੇ ਵਿੱਚ ਆਉਂਦੇ ਰਹੇ ਹੈਗੇ ਪਰ ਇਹ ਕਢਾਏ ਨਹੀਂ ਜਾ ਸਕੇ। ਅਤੇ ਥੋੜ੍ਹੀ ਦੇਰ ਬਾਅਦ ਇਹਨਾਂ ਕੰਮ ਐਪਲੀਕੇਸ਼ਨ ਵਾਲੇ ਅਸੀਂ ਇਹਨਾਂ ਨੇ ਸਾਨੂੰ ਕਿਹਾ, ਮੈਸੇਜ ਪਾਇਆ ਸਾਡੇ ਗਰੁੱਪ 'ਚ ਕਿ ਬਈ ਇਹ ਐਪਲੀਕੇਸ਼ਨਾਂ 3 ਦਿਨਾਂ ਲਈ ਬੰਦ ਹੋਈਆਂ, ਇੰਨੀ ਕੁ ਤੁਸੀਂ ਕਰ ਲਓ ਅਤੇ ਫਿਰ ਇਹ ਚੱਲ ਪੈਣਗੀਆਂ। ਅਸੀਂ ਇਹ ਕੀਤਾ ਅਤੇ ਜਦੋਂ ਅਸੀਂ ਕਰ ਲਿਆ ਅਤੇ ਕੀ ਹੋਇਆ, ਇਹ ਐਪਲੀਕੇਸ਼ਨਾਂ 3 ਦਿਨਾਂ ਬਾਅਦ ਹਮੇਸ਼ਾ ਲਈ ਬੰਦ ਹੀ ਹੋ ਗਈਆਂ। ਇਹਨਾਂ ਨੇ ਲਾਲਚ ਦਿੱਤਾ ਸੀ ਲੋਕਾਂ ਨੂੰ ਕਿ ਤੁਸੀਂ 3 ਦਿਨਾਂ ਵਿੱਚ ਜੇ 10 ਹਜ਼ਾਰ ਪਾਓਗੇ ਤੁਹਾਨੂੰ ਅਸੀਂ 50 ਹਜ਼ਾਰ 3 ਦਿਨਾਂ ਬਾਅਦ ਦੇਵਾਂਗੇ, ਅਤੇ ਉਹੀ ਲੋਕਾਂ ਨੇ ਲਾਲਚ ਜਾ ਕੇ ਬਥੇਰੇ ਪੈਸੇ ਇਹਦੇ ਵਿੱਚ ਪਾ ਦਿੱਤੇ ਅਤੇ ਉਹ ਬਾਅਦ 'ਚੋਂ ਤਾਂ ਨਿਕਲੇ ਹੀ ਨਹੀਂ ਹੈਗੇ। ਅਤੇ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਕਿ ਇਹ 3-4 ਤਰ੍ਹਾਂ ਦੀ ਐਪਲੀਕੇਸ਼ਨਾਂ ਸੀਗਾ। ਇੱਕ ਦਾ ਨਾਂ ਸੀਗਾ ਬਿੱਟ ਪ੍ਰੋ, ਇਹਦੇ ਤਾਂ ਮੈਂ ਕਹਿੰਦਾ ਪੂਰੇ ਪੰਜਾਬ ਤੋਂ ਹੀ ਲੋਕਾਂ ਨੇ ਪੈਸੇ ਪਾਏ ਹੈਗੇ ਆ ਅਤੇ ਜਦੋਂ ਆਹ ਦੇਖੋ ਤੁਸੀਂ ਦੇਖ ਸਕਦੇ ਹੋ ਬਥੇਰੇ ਅਸੀਂ ਪੈਸੇ ਪਾਏ ਇਹਨਾਂ 'ਚ ਅਤੇ ਕਾਫੀ ਲੋਕਾਂ ਦੇ ਪੈਸੇ ਡੁੱਬੇ ਆ, ਕਾਫੀਆਂ ਨੂੰ ਪੈਸੇ ਆਏ ਵੀ ਹੈਗੇ ਆ। ਅਤੇ ਜਿਨ੍ਹਾਂ ਦੇ ਪੈਸੇ ਤਾਂ ਡੁੱਬੇ ਹੈਗੇ ਆ ਉਹ ਤਾਂ ਕੋਈ ਦੱਸਦਾ ਨਹੀਂ ਸ਼ਰਮ ਦੇ ਮਾਰੇ ਵੀ ਲੋਕ ਕੀ ਕਹਿਣਗੇ, ਅਤੇ ਕਈ ਦੱਸ ਵੀ ਦਿੰਦੇ ਹੈਗੇ ਆ ਕਿ ਯਾਰ ਇੰਨੇ ਡੁੱਬ ਗਏ। ਇੱਕ ਸੀਗੀ ਜੀ ਬਿੱਟ ਪ੍ਰੋ ਆਹ, ਅਤੇ ਇੱਕ ਸੀ ਆਹ ਇਹ ਸੀਗੀ ਜੀ ਮੈਸਕੋ, ਇਹਦੇ 'ਚ ਸੀਗੀ ਜਹਾਜ਼ਾਂ ਦਾ ਬਿਜ਼ਨਸ ਦਿਖਾਇਆ ਗਿਆ ਸੀਗਾ ਕਿ ਤੁਸੀਂ 11 ਹਜ਼ਾਰ ਪਾਓ ਅਤੇ ਤੁਹਾਨੂੰ ਇੰਨੇ 3 ਹਫ਼ਤਿਆਂ ਬਾਅਦ ਤੁਹਾਨੂੰ 11 ਦਾ ਤੁਹਾਨੂੰ 50 ਹਜ਼ਾਰ ਮਿਲੂਗਾ। ਮੈਂ ਆਪਦੇ ਕਾਫੀ ਰਿਸ਼ਤੇਦਾਰਾਂ ਦੇ ਵੀ ਪੈਸੇ ਇਹਦੇ 'ਚ ਲਵਾਏ। ਅਤੇ ਇੱਕ ਆਹ ਸੀਗੀ CGI, ਇਹ ਘੱਟੋ ਘੱਟ 3 ਹਜ਼ਾਰ ਤੋਂ ਸ਼ੁਰੂ ਹੁੰਦੀ ਸੀਗੀ। ਅਸੀਂ ਇਹਦੇ 'ਚ ਵੀ ਕੋਈ 10 ਕੁ ਹਜ਼ਾਰ ਦੀ ਇਨਵੈਸਟਮੈਂਟ ਅਸੀਂ ਇਹਦੇ 'ਚ ਕੀਤੀ ਕਿ ਚਲੋ ਸਾਨੂੰ ਦਿਨ ਦਾ 240 ਰੁਪਏ ਆਉਂਦੇ ਸੀਗੇ, ਅਸੀਂ ਸਾਨੂੰ ਇਹ ਚਲੋ ਮਹੀਨੇ ਤਾਂ ਅਸੀਂ ਪੈਸੇ ਭਾਈ ਕਿੰਨੇ ਕੁ ਬਣਾ ਲਾਂਗੇ ਜੋ ਅਸੀਂ ਕੀਤੇ, ਪਰ ਇਹ ਕੰਮ ਹੀ ਨਹੀਂ। ਜਦੋਂ ਪੈਸੇ ਤਾਂ ਆ ਜਾਂਦੇ ਸੀਗੇ ਪਰ ਨਿਕਲਦੇ ਨਹੀਂ ਸੀਗੇ, ਇਹਦੇ 'ਚੋਂ ਸ਼ੋਅ ਹੋ ਜਾਂਦੇ ਸੀਗੇ। ਆਹ ਦੇਖੋ ਜੀ, ਫਿਰ ਸਾਨੂੰ ਇੱਕ ਮੈਸੇਜ ਆਇਆ ਕੰਪਨੀ ਵੱਲੋਂ ਕਿ 11 ਸਤੰਬਰ ਤੱਕ ਜੀ
ਇਹ ਅਸੀਂ ਬੰਦ ਕਰ ਰਹੇ ਹੈਗੇ ਹਾਂ ਅਤੇ 11 ਸਤੰਬਰ ਤੱਕ ਤੁਸੀਂ ਇਹਦੇ 'ਚ ਪੈਸੇ ਪਾ ਸਕਦੇ ਹੈਗੇ ਹੋ ਅਤੇ ਜੇ ਤੁਸੀਂ 10,000 ਪਾਓਗੇ ਤੁਹਾਨੂੰ 60,000 ਆਜੂਗਾ 3 ਦਿਨਾਂ 'ਚ। ਕਾਫੀ ਲੋਕਾਂ ਨੇ ਲਾਲਚ ਬਸ ਆ ਕੇ ਇਹਦੇ 'ਚ ਕੀਤਾ, ਜੋ ਉਹਨਾਂ ਨੇ ਕਈ ਲੋਕਾਂ ਨੇ ਲੱਖਾਂ ਰੁਪਈਏ ਪਾ ਦੇ ਪਰ ਉਹ ਕੋਈ ਪੈਸਾ ਤਾਂ ਨਿਕਲਿਆ ਹੀ ਨਹੀਂ ਹੈਗਾ ਅਤੇ ਕਾਫੀ ਇਹ ਪੈਸੇ ਡੁੱਬ ਗਏ ਹੈਗੇ ਆ। ਫਰੀਦਕੋਟ ਦੇ ਕਿੰਨੇ ਕੁ ਲੋਕ ਇਸ ਤਰ੍ਹਾਂ ਐਪਲੀਕੇਸ਼ਨਾਂ 'ਚ ਪਾ ਰਹੇ ਆ ਪੈਸੇ? ਫਰੀਦਕੋਟ ਤੁਸੀਂ ਮੰਨ ਕੇ ਚੱਲੋ ਘੱਟੋ ਘੱਟ ਕੋਈ 20,000 ਲੋਕਾਂ ਨੇ ਇਹਦੇ 'ਚ ਪਾਏ ਹੈਗੇ ਆ, ਜਿੰਨੀਆਂ ਲੇਬਰ ਵਾਲੇ ਹੈਗੇ ਆ ਮੰਡੀ ਵਿੱਚ, ਡਰਾਈਵਰ ਹੋ ਗਏ, ਸਾਡੀ ਆਪਦੀ ਮਾਰਕੀਟ 'ਚ ਤਕਰੀਬਨ ਸਾਰਿਆਂ ਨੇ ਇਹਦੇ 'ਚ ਪੈਸੇ ਪਾਏ ਹੈਗੇ ਸੀਗੇ। ਵੀ ਕਾਫੀ ਜਣਿਆਂ ਨੇ ਘਰਾਂ 'ਚ ਜੇ 5 ਜਣੇ ਹੈਗੇ ਉਹ 3 ਜਣਿਆਂ ਦੇ ਪੈਸੇ ਤਾਂ ਲੱਗੇ ਹੋਏ ਸੀਗੇ ਇਹਦੇ ਵਿੱਚ। ਜਦੋਂ ਫਰਾਰ ਹੋ ਗਏ ਫਿਰ ਕਿਸੇ ਨਾਲ ਸੰਪਰਕ ਕੀਤਾ? ਅਸੀਂ ਜੀ ਟੈਲੀਗ੍ਰਾਮ 'ਤੇ ਇਹਨਾਂ ਦਾ ਗਰੁੱਪ ਸੀਗਾ, ਅਸੀਂ ਉਹ 'ਚ ਮੈਸੇਜ ਪਾਏ ਕਿ ਬਈ ਸਾਨੂੰ ਇਸ ਪੈਸੇ ਆਏ ਇਹ ਵੀ ਬਣੇ ਹੋਏ ਆ ਕਢਵਾ ਦਿਉ ਇਹ, ਉਹਨਾਂ ਦਾ ਕੋਈ ਰਿਪਲਾਈ ਨਹੀਂ ਆਇਆ। ਪਹਿਲੇ ਤਾਂ ਉਹ ਦੇ ਦਿੰਦੇ ਸੀ ਰਿਪਲਾਈ, ਇੱਕ ਸਕਰੀਨਸ਼ੋਟ ਪਾਉਂਦੇ ਸੀਗੇ ਕਿ ਬਈ ਬੈਂਕ 'ਚ ਪ੍ਰੋਬਲਮ ਹੈਗੀ ਆ ਅਤੇ ਕੋਈ ਗੱਲ ਨਹੀਂ ਅਸੀਂ ਕਰ ਰਹੇ ਹੈਗੇ ਹਾਂ ਟੈਕਨੀਕਲ ਅਤੇ ਉਸ ਤੋਂ ਬਾਅਦ ਤੁਹਾਡੇ ਨਿਕਲ ਜਾਣਗੇ। ਪਰ ਜਦੋਂ ਇਹ ਬੰਦ ਹੋਈ ਉਸ ਤੋਂ ਬਾਅਦ ਉਹ ਸਾਰਾ ਗਰੁੱਪ ਹੀ ਸਾਫ਼ ਹੋ ਗਿਆ ਜੀ। ਕਿੰਨੀਆਂ ਐਪਲੀਕੇਸ਼ਨਾਂ ਹੁਣ ਤੱਕ ਹੋ ਗਈਆਂ ਇਹਨਾਂ ਦਿਨਾਂ ਦੇ ਵਿੱਚ ਆਈਆਂ ਅਤੇ ਹੁਣ ਵੀ ਚੱਲ ਰਹੀਆਂ? ਜੀ ਹੁਣ ਤੱਕ 5 ਐਪਲੀਕੇਸ਼ਨਾਂ ਤਾਂ ਆ ਚੁੱਕੀਆਂ ਜਿਹੜੀਆਂ ਬੰਦ ਹੋ ਚੁੱਕੀਆਂ ਅਤੇ ਹੁਣ ਡੇਲੀ ਲਗਾਤਾਰ ਆ ਰਹੀਆਂ ਐਪਲੀਕੇਸ਼ਨਾਂ ਅਤੇ ਉਹ ਸਾਨੂੰ ਤਾਂ ਇਹੀ ਕਹਿ ਰਹੇ ਕਿ ਡਾਊਨਲੋਡ ਕਰੋ, 400 ਰੁਪਏ ਇਨਵੈਸਟ ਕਰੋ, 500 ਕਰੋ। ਮੇਰੇ ਖੁਦ ਦੇ ਮੇਰੇ ਘਰੋਂ ਮੇਰੇ ਵਾਈਫ ਦੇ ਪੈਸੇ ਲੱਗੇ ਹੋਏ ਸੀ, ਮੇਰੇ ਮਦਰ, ਮੇਰਾ ਬ੍ਰਦਰ ਅਤੇ ਮੇਰੇ ਕੁਛ ਰਿਸ਼ਤੇਦਾਰਾਂ ਦੇ ਪੈਸੇ ਵੀ ਮੈਂ ਲਵਾਏ ਹੋਏ ਸੀਗੇ। ਕਿਵੇਂ ਫਿਰ ਹੁਣ ਮਹਿਸੂਸ ਕਰ ਰਹੇ ਹੋ? ਅਸੀਂ ਤਾਂ ਜੀ ਲੁੱਟੇ ਹੋਏ ਮਹਿਸੂਸ ਕਰ ਰਹੇ ਹੈਗੇ ਕਿ ਉਹਨਾਂ ਤੋਂ ਅਸੀਂ ਕਮਾਇਆ ਨੇ ਜਿੰਨਾ ਅਸੀਂ ਗਵਾ ਦਿੱਤਾ। ਅਤੇ ਮੈਂ ਤਾਂ ਸਾਰਿਆਂ ਨੂੰ ਇਹੀ ਅਪੀਲ ਕਰਨੀ ਚਾਹੂੰਗੇ ਕਿ ਇਹਨਾਂ ਐਪਲੀਕੇਸ਼ਨਾਂ 'ਚੋਂ ਬਾਹਰ ਹੀ ਨਿਕਲੋ ਅਤੇ ਪੈਸੇ ਲਾਉਣ ਤੋਂ ਚੰਗਾ ਗਾ ਕਿ ਆਪਾਂ ਆਪਣੀ ਸਾਫ਼ ਸੁਥਰੀ ਕਮਾਈ ਕਰੀਏ, ਤਾਂ ਕਿ ਉਹਨਾਂ ਤੋਂ ਆਪਾਂ ਕਮਾਉਣਾ ਨਹੀਂ ਜਿੰਨਾ ਆਪਾਂ ਗਵਾ ਦਿੰਦੇ ਹੈਗੇ ਹਾਂ। ਇੱਕ ਵਾਰ ਤੁਹਾਨੂੰ ਬੇਨਤੀ ਕਰ ਦੇਵਾਂ ਕਿ ਅਗਰ ਤੁਸੀਂ ਸਾਡੇ ਚੈਨਲ 'ਤੇ ਅੱਜ ਨਵੇਂ ਹੋ ਅਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸਦਾ ਪਤਾ ਲੱਗ ਸਕੇ। ਸਾਡੀਆਂ ਖਬਰਾਂ, ਸਾਡਾ ਤਰੱਦਦ, ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ। ਨਮਸਕਾਰ।